ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲ ਕਲਿਖਤ ਹੈ ਜਿਸ ਦਾ ਸਿਰਲੇਖ ਹੈ ਗੁਰਸਿੱਖ ਕਿਸ ਤਰ੍ਹਾਂ ਮਨ ਨੂੰ ਮੋਹ ਲੈਂਦਾ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਗੁਰਸਿੱਖ ਦੀ ਆਪਣੀ ਸਿੱਧ ਪਦਰੀ ਦਿਖ ਬਾਹਰੀ ਰੇਖ ਭੇਖ ਸਰਬ ਸਾਧਾਰਨ ਵਾਂਗ ਹੁੰਦੇ ਹਨ ਗੁਰੂ ਦੇ ਬਖਸ਼ੇ ਕੈਸਾਂ ਦੇ ਤਾਜ ਨੂੰ ਉਸ ਦੀ ਦਸਤਾਰ ਢੱਕ ਰਹੀ ਹੁੰਦੀ ਹੈ ਤੇ ਉਸ ਦੇ ਮੁਖੜੇ ਤੇ ਗੁਰੂ ਵਰਗੇ ਦਾੜੇ ਦਾ ਪ੍ਰਕਾਸ਼ ਹੁੰਦਾ ਹੈ ਇੱਕ ਤਰ੍ਹਾਂ ਨਾਲ ਉਹ ਆਪਣੇ ਆਪ ਵਿੱਚ ਗੁਰੂ ਦੀ ਸੂਰਤ ਨੂੰ ਹੀ ਸਮਾਈ ਬੈਠਾ ਹੁੰਦਾ ਹੈ ਜਦੋਂ ਉਹ ਕਿਤੇ ਦੂਰ ਦੇ ਗਵਾਂਢੀ ਦੇ ਘਰ ਪੁੱਜਦਾ ਹੈ ਤਾਂ ਉਹ ਵਿਅਕਤੀ ਦੂਜਿਆਂ ਵਿੱਚ ਵੀ ਜੀਵਨ ਤੇ ਪ੍ਰੇਮ ਦੇ ਰਹੱਸ ਨੂੰ ਜਗਾ ਦਿੰਦਾ ਹੈ ਫਿਰ ਦੋ ਰਾਧੀ ਗੁਰਸਿੱਖ ਦੀ ਆਪਣੀ ਸਿਧ ਪਦਰੀ ਦਿਖ ਬਾਹਰੀ ਰੇਖ ਭੇਖ ਸਰਬ ਸਾਧਾਰਨ ਵਾਂਗ ਹੁੰਦੇ ਹਨ ਗੁਰੂ ਦੇ ਬਖਸ਼ੇ ਕੇਸਾਂ ਦੇ ਤਾਜ ਨੂੰ ਉਸ ਦੀ ਦਸਤਾਰ ਟੱਕ ਰਹੀ ਹੁੰਦੀ ਹੈ ਤੇ ਉਸ ਦੇ ਮੁਖੜੇ ਤੇ ਗੁਰੂ ਵਰਗੇ ਦਾੜੇ ਦਾ ਪ੍ਰਕਾਸ਼ ਹੁੰਦਾ ਹੈ ਇੱਕ ਤਰ੍ਹਾਂ ਨਾਲ ਉਹ ਆਪਣੇ ਆਪ ਵਿੱਚ ਗੁਰੂ ਦੀ ਸੂਰਤ ਨੂੰ ਹੀ ਸਮਾਈ ਬੈਠਾ ਹੁੰਦਾ ਹੈ ਜਦੋਂ ਕਿਤੇ ਦੂਰ ਦੇ ਗਵਾਂਡੀ ਦੇ ਘਰ ਪੁੱਜਦਾ ਹੈ ਤਾਂ ਉਹ ਵਿਅਕਤੀ ਦੂਜਿਆਂ ਵਿੱਚ ਵੀ ਜੀਵਨ ਦੇ ਪ੍ਰੇਮ ਦੇ ਰਹੱਸ ਨੂੰ ਜਗਾ ਦਿੰਦਾ ਹੈ ਇਹ ਜਿਹੜਾ ਕਿ ਅੱਜਕੱਲ੍ਹ ਤਾਂ ਰਿਵਾਜ ਹੈ ਕਿ ਇੱਕ ਮੋਨਾ Hindu ਸੱਜਣ ਸੀ ਇੱਕ ਅਚੰਬਾ ਕਰਦਾ ਹੈ ਉਸ ਮੋਨੇ Hindu ਸੱਜਣ ਨੂੰ ਜੋ ਆਧੁਨਿਕ ਸਭਿਅਤਾ ਦਾ ਪ੍ਰਤੀਕ ਜਾਪਦਾ ਸੀ ਨੂੰ ਦਾੜੀ ਮੰੁੰਨ ਦੇ ਸਮਾਨ ਨੂੰ ਦੇਖ ਕੇ ਇੰਜ ਆਬਾਸ ਹੋਇਆ ਕਿ ਉਸਦੇ ਨੈਣਾਂ ਵਿੱਚ ਹੰਝੂ ਆ ਗਏ ਤੇ ਕਹਿਣ ਲੱਗਾ ਇਹ ਕੇਵਲ ਵਾਲ ਨਹੀਂ ਹਨ ਸਗੋਂ ਮੇਰੀ ਆਤਮਾ ਅੰਦਰ ਉਸ ਗੁਰਸਿੱਖ ਦਾ ਪਰਵੇਸ਼ ਹੋ ਗਿਆ ਹੈ ਅਤੇ ਉਸ ਨੇ ਮੇਰੇ ਹਿਰਦੇ ਅੰਦਰ ਨਿਵਾਸ ਆ ਬਣਾਇਆ ਹੈ ਮੈਂ ਹੁਣ ਉਹ ਪਹਿਲਾਂ ਵਰਗਾ ਨਹੀਂ ਰਿਹਾ ਮੈਂ ਪਹਿਲਾਂ ਨਾਲੋਂ ਬਹੁਤ ਬਦਲ ਗਿਆ ਹਾਂ ਮੇਰੇ ਮਨ ਵਿੱਚ ਇਹ ਤੀਬਰ ਇੱਛਾ ਜਾਗ ਪਈ ਹੈ ਕਿ ਮੈਂ ਵੀ ਉਸ ਗੁਰਸਿੱਖ ਵਾਂਗ ਆਪਣੇ ਸਿੱਧੇ ਸਾਦੇ ਕੁਦਰਤੀ ਸਰੂਪ ਵਿੱਚ ਹੀ ਵਿਚਰਾਂ। ਹਾਂਜੀ ਫਿਰ ਦੁਹਰਾ ਦਈਏ। ਇੱਕ ਮੋਨਾ ਹਿੰਦੂ ਸੱਜਣ ਸੀ। ਇੱਕ ਅਚੰਬਾ ਘਟਦਾ ਹੈ। ਉਸ ਮੋਨੇ ਹਿੰਦੂ ਸੱਜਣ ਨੂੰ ਜੋ ਆਧੁਨਿਕ ਸਭਿਅਤਾ ਦਾ ਪ੍ਰਤੀਕ ਜਾਪਦਾ ਸੀ, ਨੂੰ ਦਾੜੀ ਮੁੰਨਣ ਦੇ ਸਮਾਨ ਨੂੰ ਦੇਖ ਕੇ ਇੰਜ ਆਬਾਸ ਹੋਇਆ ਕਿ ਉਸ ਦੇ ਨੈਣਾਂ ਵਿੱਚ ਹੰਝੂ ਆ ਗਏ। ਤੇ ਕਹਿਣ ਲੱਗਾ ਇਹ ਕੇਵਲ ਵਾਲੀ ਨਹੀਂ ਹਨ। ਸਗੋਂ ਮੇਰੀ ਆਤਮਾ ਅੰਦਰ ਉਸ ਗੁਰਸਿੱਖ ਦਾ ਪਰਵੇਸ਼ ਹੋ ਗਿਆ ਹੈ ਅਤੇ ਉਸ ਨੇ ਮੇਰੇ ਹਿਰਦੇ ਅੰਦਰ ਨਿਵਾਸ ਆ ਬਣਾਇਆ ਹੈ ਮੈਂ ਹੁਣ ਉਹ ਪਹਿਲਾ ਵਰਗਾ ਨਹੀਂ ਰਿਹਾ ਮੈਂ ਪਹਿਲਾ ਨਾਲੋਂ ਬਹੁਤ ਬਦਲ ਗਿਆ ਹਾਂ ਮੇਰੇ ਮਨ ਵਿੱਚ ਇਹ ਤੀਬਰ ਇੱਛਾ ਜਾਗ ਪਈ ਹੈ ਕਿ ਮੈਂ ਵੀ ਉਸ ਗੁਰਸਿੱਖ ਵਾਂਗ ਆਪਣੇ ਸਿੱਧੇ ਸਾਦੇ ਕੁਦਰਤੀ ਸਰੂਪ ਵਿੱਚ ਹੀ ਵਿਚਰਾਂ ਮੇਰੇ ਦਿਲ ਵਿੱਚ ਇਹ ਭਾਵਨਾ ਪਰਬਲ ਹੋ ਗਈ ਹੈ ਕਿ ਮੈਂ ਨਾਈ ਤੇ ਦਰਜੀ ਦੇ ਸਭਿਆਤਾਂ ਨੂੰ ਸਦਾ ਲਈ ਮੱਥਾ ਟੇਕਾਂ ਵੇਖੋ ਉਸ ਦੇ ਕੇਸ ਮੇਰੇ ਸਿਰ ਉੱਪਰ ਵਧ ਰਹੇ ਹਨ ਕਿੰਨਾ ਅਚੰਬਾ ਹੈ ਕਿ ਮੈਂ ਉਸ ਦੇ ਸਰੂਪ ਵਿੱਚ ਗੁੰਮ ਗਿਆ ਹਾਂ ਮੈਨੂੰ ਇਸ ਗੱਲ ਦੀ ਸਮਝ ਨਹੀਂ ਪੈਂਦੀ ਪਰ ਇਹ ਮੇਰੇ ਕੇਸਾਂ ਦਾ ਉਗਣਾ ਇੱਕ ਤਰ੍ਹਾਂ ਦਾ ਪੱਕਾ ਨਿਸ਼ਚਾ ਤੇ ਭਰੋਸਾ ਹੈ ਜਿਸ ਦਾ ਸੰਬੰਧ ਮੇਰੇ ਅੰਦਰਲੇ ਨਾਲ ਹੈ ਭਾਵੇਂ ਮੈਨੂੰ ਇਹ ਪਤਾ ਹੈ ਕਿ ਵੇਖਣ ਵਿੱਚ ਮੇਰੇ ਕੇਸ ਇੰਜ ਜਾਬਦੇ ਹਨ ਜਿਵੇਂ ਪਰਬਤ ਦੀ ਚੋਟੀ ਉੱਤੇ ਘਾਹ ਹੋ ਗਿਆ ਹੋਵੇ ਹੋਰ ਇਹ ਹਨ ਵੀ ਕੀ ਪਰ ਮੈਂ ਵੀ ਆਪਣੇ ਸਰੂਪ ਵਿੱਚ ਹੋਰ ਕੀ ਹਾਂ ਕੇਵਲ ਮਿੱਟੀ ਦਾ ਪੁਤਲਾ ਜਿਸ ਵਿੱਚ ਕਿਸੇ ਦਾ ਖੂਨ ਰਚਿਆ ਹੋਇਆ ਹੈ ਹਾਂਜੀ ਫਿਰ ਦੁਹਰਾ ਦਈਏ ਭਾਵੇਂ ਮੈਨੂੰ ਇਹ ਪਤਾ ਹੈ ਕਿ ਵੇਖਣ ਵਿੱਚ ਮੇਰੇ ਇਹ ਕੇਸ ਇੰਜ ਜਾਬਦੇ ਹਨ ਜਿਵੇਂ ਪਰਬਤ ਦੀ ਚੋਟੀ ਉੱਤੇ ਘਾਹ ਹੋ ਗਿਆ ਹੋਵੇ ਹੋਰ ਇਹ ਹਨ ਵੀ ਕੀ ਪਰ ਮੈਂ ਵੀ ਆਪਣੇ ਸਰੂਪ ਵਿੱਚ ਹੋਰ ਕੀ ਹਾਂ ਕੇਵਲ ਮਿੱਟੀ ਦਾ ਪੁਤਲਾ ਜਿਸ ਵਿੱਚ ਕਿਸੇ ਦਾ ਖੂਨ ਰਲਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ